ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੇਮ ਚੰਦ ਇੰਸਟ੍ਰਕਟਰ ਮੋਟਰ ਮਕੈਨਿਕ ਸਰਕਾਰੀ ਆਈ ਟੀ ਬਠਿੰਡਾ ਮੈਂ ਪ੍ਰੈਕਟੀਕਲ ਕਰਨ ਜਾ ਰਿਹਾ 30-31 ਨੰਬਰ ਵੀਕ ਦਾ ਓਵਰ ਹਾਲਿੰਗ ਕਰੈਂਕ ਸ਼ਾਫਟ ਉਹ ਕਰੈਂਕ ਸ਼ਾਫਟ ਇੰਜਨ ਇਹਨੂੰ ਇੰਜਣ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਆਮ ਤੌਰ 'ਤੇ ਠੀਕ ਹੈ ਜੀ ਇਹ ਕਰੈਂਕ ਸ਼ਾਫਟ ਹੈ ਇਹਦੇ ਆਹ ਕਰੈਂਕ ਦੀਆਂ ਮੇਨ ਪਿੰਨਾਂ ਆਹ ਕਰੈਂਕ ਪਿੰਨਾਂ ਆਹ ਕਰੈਂਕ ਦਾ ਫਲੈਂਜ ਹੈ ਆਹ ਫਲਾਈਵੀਲ ਕੱਸਣ ਵਾਸਤੇ ਇਹਦੇ ਨਟ ਬੋਲਟ ਹੈ ਇੱਥੇ ਕਰੈਂਕ ਦਾ ਮੇਨ ਕੱਸਿਆ ਜਾਣਾ ਇੱਥੇ ਕਰੈਂਕ ਦੇ ਉੱਤੇ ਆਇਲ ਪੰਪ ਕੱਸਿਆ ਜਾਂਦਾ ਇੱਥੇ ਡੰਪਰ ਪੁਲੀ ਕੱਸੀ ਜਾਂਦੀ ਹੈ ਇੱਥੇ ਡੋਗ ਨਟ ਕੱਸਿਆ ਜਾਂਦਾ ਕਰੈਂਕ ਸ਼ਾਫਟ ਹੈ ਜਿਹੜੀ ਨਿਕਲ ਕਰੋਮ ਕਰੋਮ ਵਨੇਡੀਅਮ ਅਤੇ ਨਿਕਲ ਕਰੋਮ ਮੈਲੀ ਬਨੈਡਮ ਦੀ ਬਣੀ ਹੁੰਦੀ ਹੈ ਇਸ ਤੋਂ ਇਲਾਵਾ ਕੁਝ ਹੋਰ ਮਟੀਰੀਅਲਾਂ ਦੀ ਵੀ ਹੋ ਸਕਦੀ ਹੈ ਇਹਨੂੰ ਫੋਰਜਿੰਗ ਕਰਕੇ ਬਣਾਇਆ ਜਾਂਦਾ ਪਹਿਲਾਂ ਇਹਨੂੰ ਫੋਰਜਿੰਗ ਪਹਿਲਾਂ ਇਹਦਾ ਮਟੀਰੀਅਲ ਸਿਲੈਕਟ ਕੀਤਾ ਜਾਂਦਾ ਉਸ ਤੋਂ ਬਾਅਦ ਇਹਨੂੰ ਫੋਰਜਿੰਗ ਕੀਤਾ ਜਾਂਦਾ ਫੋਰਜਿੰਗ ਕਰਕੇ ਉਸ ਤੋਂ ਬਾਅਦ ਇਹਦੀ ਮਸ਼ੀਨਿੰਗ ਕੀਤੀ ਜਾਂਦੀ ਹੈ ਮਸ਼ੀਨਿੰਗ ਤੋਂ ਬਾਅਦ ਇਹਦੇ ਸਾਈਜ਼ ਮਿਣੇ ਜਾਂਦੇ ਹੈ ਉਸ ਤੋਂ ਬਾਅਦ ਮਸ਼ੀਨਿੰਗ ਤੋਂ ਬਾਅਦ ਇਹਨੂੰ ਹਾਰਡਨਿੰਗ ਟੈਂਪਰਿੰਗ ਕੀਤਾ ਜਾਂਦਾ ਫਿਰ ਇਹਦੇ ਜਿਹੜੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ ਇਹਦੀ ਮੇਨ ਪਿੰਨਾਂ ਕਰੈਂਕ ਪਿੰਨਾਂ ਨੂੰ ਪੋਲਿਸ਼ਿੰਗ ਕੀਤਾ ਜਾਂਦਾ ਉਸ ਤੋਂ ਬਾਅਦ ਇਹਦੀ ਬੈਲਸਿੰਗ ਕੀਤੀ ਜਾਂਦੀ ਹੈ ਜਿਹਦੇ ਵਿੱਚ ਜਿੱਥੇ ਕਿਤੇ ਵੱਧ ਮਟੀਰੀਅਲ ਹੈ ਇਸ ਤਰ੍ਹਾਂ ਕੱਢਿਆ ਜਾਂਦਾ ਜਿੱਥੋਂ ਘੱਟ ਹੈ ਅਤੇ ਨਵਾਂ ਪਾਇਆ ਜਾਂਦਾ ਇਹਦੇ ਮੇਨ ਮਈਅਰਮੈਂਟ ਇਹਦੀਆਂ 3 ਹੁੰਦੀਆਂ ਇੱਕ ਇਹਦਾ ਟਵਿਸਟ ਚੈੱਕ ਕੀਤਾ ਜਾਂਦਾ ਇੱਕ ਇਹਦੀ ਬੈਕਲੈਸ਼ ਚੈੱਕ ਕੀਤੀ ਜਾਂਦੀ ਹੈ ਇੱਕ ਇਹਦੀ ਇੰਡ ਪਲੇ ਚੈੱਕ ਕੀਤੀ ਜਾਂਦੀ ਹੈ ਇੱਕ ਰਨ ਆਊਟ ਚੈੱਕ ਕਰਦੇ ਹੈ ਇਹਦੀ ਠੀਕ ਹੈ ਜੀ ਇਹਦੇ ਜਿਹੜੇ ਇੱਕ ਇਹਦੇ ਨਾਲ ਜਿਹੜੇ ਕਰੈਂਕ ਦੇ ਮੇਨ ਹੈ ਇਹ ਬਲਾਕ ਦੇ ਨਾਲ ਬੱਝਦੇ ਹੈ ਇਸ ਤਰ੍ਹਾਂ ਦੇ ਜਿੱਦਾਂ ਸਾਡੇ ਕੋਲ ਆਹ ਪੀਸ ਹੈ ਬਲਾਕ ਹੈ ਬਲਾਕ ਦੇ ਇਹਨਾਂ ਥਾਵਾਂ 'ਤੇ ਜਿਹੜਾ ਸਾਡਾ ਕਰੈਂਕ ਸ਼ਾਫਟ ਇਹਨਾਂ 'ਤੇ ਬੱਝਦੀ ਹੈ ਇਹਦੇ ਵਿੱਚ ਆਇਲ ਹੋਲ ਹੈ ਇਹਦੇ ਵਿੱਚ ਵੀ ਆਇਲ ਹੋਲ ਹੈ ਕਰੈਂਕ ਦੇ ਮੇਨ ਪਿੰਨ ਤੋਂ ਕਰੈਂਕ ਪਿੰਨ ਨੂੰ ਆਇਲ ਜਾਂਦਾ ਇਹਦੇ ਕਰੈਂਕ ਪਿੰਨਾਂ ਨਾਲ ਪਿਸਟਨ ਅਸੈਂਬਲੀ ਦਾ ਜਿਹੜਾ ਕਨੈਕਟਿੰਗ ਰਾਡ ਦਾ ਬਿਗ ਐਂਡ ਇਹਦੇ ਨਾਲ ਬੱਝਦਾ ਇਹਦੇ ਵਿੱਚ ਕੀ ਘੱਸਦਾ ਇਹਦਾ ਇਹਦੇ ਮੇਨ ਘੱਸਦੇ ਹੈ ਕਰੈਂਕ ਪਿੰਨਾਂ ਘੱਸਦੀਆਂ ਇਹਦੇ ਜਦੋਂ ਇਹ ਲਗਾਤਾਰ ਮੰਨ ਲਓ ਸਾਡੀ ਗੱਡੀ 1.5-2 ਲੱਖ ਕਿਲੋਮੀਟਰ ਚੱਲ ਜਾਂਦੀ ਉਸ ਤੋਂ ਬਾਅਦ ਜਦੋਂ ਕਿਤੇ ਓਵਰਹਾਲਿੰਗ ਵਾਸਤੇ ਇੰਜਨ ਖੁੱਲ੍ਹਦਾ ਅਤੇ ਇਹ ਇਹਨਾਂ ਥਾਵਾਂ ਤੋਂ ਵੱਧ ਘੱਸ ਜਾਂਦੀ ਹੈ ਇਹਨਾਂ ਥਾਵਾਂ ਤੋਂ ਇਹਨਾਂ ਕੰਨੀਆਂ ਤੋਂ ਘੱਟ ਘੱਸਦੀ ਹੈ ਇੱਥੋਂ ਜਿਹੜਾ ਇਹਦਾ ਆਇਲ ਪ੍ਰੈਸ਼ਰ ਹੈ ਉਹ ਮੇਨਟੇਨ ਨਹੀਂ ਰਹਿੰਦਾ ਆਹ ਜਿਹੜੀ ਕਰੈਂਕ ਸ਼ਾਫਟ ਹੈ ਇਹਦੇ ਵੈਬ ਹੈ ਬੈਲਸਿੰਗ ਵੇਟ ਹੈ ਇਹਦੇ ਆਹ ਫਲੈਂਜ ਹੈ ਇਹਦੇ ਵਿੱਚ ਫਾਲਟ ਪੈਂਦੇ ਆ ਇਹਦੇ ਸ਼ੈਲ ਬੈਰਿੰਗ ਹੈ ਜਿਹੜੇ ਇਹ ਘੱਸ ਜਾਂਦੇ ਆ ਜਾਂ ਓਵਰ ਹੀਟਿੰਗ ਨਾਲ ਸ਼ੈਲ ਬੈਰਿੰਗ ਸੀਜ਼ਮ ਹੋ ਜਾਂਦੇ ਆ ਸ਼ੈਲ ਬੈਰਿੰਗ ਨਾਲ ਘੁੰਮ ਜਾਂਦੇ ਆ ਜਦੋਂ ਓਵਰ ਹੀਟ ਹੋ ਕੇ ਇਹਦੇ ਨਾਲ ਸੀਜ਼ ਮਾਰ ਜਾਂਦੇ ਆ ਠੀਕ ਹੈ ਜੀ ਇਹ ਸਾਡੀ ਕਰੈਂਕ ਸ਼ਾਫਟ ਹੈ ਇਹ ਸਾਡੀ ਪਿਸਟਨ ਅਸੈਂਬਲੀ ਜੋ ਇਹਦੇ ਨਾਲ ਵੱਜਦੀ ਹੈ ਬਿਗ ਐਂਡ ਕਰੈਂਕ ਪਿੰਨਾਂ ਦੇ ਨਾਲ ਵੱਜਦੇ ਆ ਅਤੇ ਇਹਦਾ ਜਿਹੜਾ ਕਰੈਂਕ ਕੇਸ ਹੈ ਉਹ ਆਹ ਵਾਲਾ ਹਾਂ ਇਹਦੇ ਉੱਪਰ ਲੱਗ ਜਾਂਦਾ ਹੈ ਕਰ ਦਿਓ